ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਕੁਲਜਿੰਦਰ ਸਿੰਘ ਸਿੱਧੂ ਅਤੇ ਇੱਥੇ OXL ਸਕੂਲ ਆਫ ਮਲਟੀਮੀਡੀਆ ਦੇ ਵਿੱਚ ਮੈਂ ਅੱਜ ਆਇਆ। ਇੱਥੋਂ ਦੇ ਵਿਦਿਆਰਥੀਆਂ ਨੂੰ, ਇੱਥੋਂ ਦੀ ਫੈਕਲਟੀ ਨੂੰ ਮੈਂ ਮਿਲਿਆ। ਸੋ ਬੜਾ ਮੈਂ ਇੱਥੋਂ ਮੋਟੀਵੇਟ ਹੋ ਕੇ, ਐਨਰਜੀ ਲੈ ਕੇ ਚੱਲਿਆ। ਜਿਸ ਲੈਵਲ ਦਾ ਇਹ ਕੰਮ ਕਰ ਰਹੇ ਨੇ, ਬੰਬੇ ਦੇ ਵਿੱਚ ਮੈਂ ਰਹਿੰਦਾ, ਉੱਥੇ ਦੇ ਜੋ ਸਟੂਡੀਓਜ਼ ਦਾ ਜੋ ਲੈਵਲ ਹੈ ਅਤੇ OXL ਦਾ ਜੋ ਲੈਵਲ ਹੈ, ਜੋ ਇੱਥੋਂ ਦੇ ਫੈਕਲਟੀ ਦਾ ਲੈਵਲ ਹੈ, ਜੋ ਇੱਥੋਂ ਦੇ ਟੀਚਰਸ ਸਿਖਾ ਰਹੇ ਨੇ ਵਿਦਿਆਰਥੀਆਂ ਨੂੰ, ਆਮ ਵੈਰੀ ਮੱਚ ਇੰਪ੍ਰੈਸਡ ਵਿਦ ਦਾ ਫੈਕਲਟੀ, ਵਿਦ ਦਾ ਸਟੂਡੈਂਟਸ, ਵਿਦ ਐਵਰੀਬਡੀ ਓਵਰ ਹੇਅਰ ਐਟ OXL ਸਕੂਲ ਆਫ ਮਲਟੀਮੀਡੀਆ ਅੰਮ੍ਰਿਤਸਰ। ਮੇਰੀਆਂ ਸ਼ੁਭਕਾਮਨਾਵਾਂ ਨੇ ਇਸ ਪੂਰੀ ਟੀਮ ਨੂੰ। ਥੈਂਕ ਯੂ ਵੈਰੀ ਮੱਚ। ਸਤਿ ਸ਼੍ਰੀ ਅਕਾਲ ਜੀ, ਮੈਂ ਅਮਨਦੀਪ ਕੌਰ। ਅੱਜ OXL ਸਕੂਲ ਆਫ ਮਲਟੀਮੀਡੀਆ ਦੇ ਵਿੱਚ ਇੱਕ ਐਕਟਿੰਗ, ਐਂਕਰਿੰਗ ਔਰ ਮਾਡਲਿੰਗ ਵਰਕਸ਼ਾਪ ਲਗਾਈ ਗਈ ਸੀ, ਜਿੱਥੇ ਮੈਨੂੰ ਬਹੁਤ ਸਾਰੇ ਸਟੂਡੈਂਟ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ। ਕਿਉਂਕਿ ਸਟੂਡੈਂਟ ਜਦੋਂ ਆਫਟਰ ਆਪਣੀ ਸਟੱਡੀ ਖਤਮ ਕਰਦੇ ਆ, ਕਈਆਂ ਦਾ ਕੋਈ ਸੁਪਨਾ ਹੁੰਦਾ, ਕਈਆਂ ਦਾ ਕੋਈ ਸੁਪਨਾ ਹੁੰਦਾ। ਬਹੁਤ ਸਾਰੇ ਯੰਗਸਟਰਸ ਤੇ ਇਹੀ ਚਾਹੁੰਦੇ ਕਿ ਅਸੀਂ ਟੀਵੀ ਇੰਡਸਟਰੀ ਦੇ ਵਿੱਚ ਕੰਮ ਕਰੀਏ, ਫਿਲਮ ਲਾਈਨ 'ਚ ਜਾਂ ਮਾਡਲਿੰਗ 'ਚ ਚੁਣੀਏ। ਪਰ ਉਸ ਦੇ ਵਿੱਚ ਜਾਣ ਲਈ ਵੀ ਬਹੁਤ ਸਾਰੇ ਸਹੀ ਤੇ ਗਲਤ ਸਟੈਪ ਹੁੰਦੇ ਆ, ਸਹੀ ਸਟੈਪ ਕਿੱਦਾਂ ਫੜਨਾ ਉਹਨੂੰ ਵੀ ਸਿੱਖਣ ਲਈ ਬਹੁਤ ਕੁਝ ਬਰੀਕੀਆਂ ਹੁੰਦੀਆਂ ਜਿਹੜੀਆਂ ਜਾਣਨੀਆਂ ਬਹੁਤ ਜ਼ਰੂਰੀ ਹੁੰਦੀਆਂ। ਸੋ OXL ਸਕੂਲ ਆਫ ਮਲਟੀਮੀਡੀਆ ਬੱਚਿਆਂ ਨੂੰ ਗਾਈਡ ਕਰ ਰਿਹਾ ਬਹੁਤ ਸਹੀ ਤਰੀਕੇ ਦੇ ਨਾਲ। ਉਹਦੇ ਵਿੱਚ ਬਹੁਤ ਸਾਰੇ ਡਿਫਰੈਂਟ ਡਿਫਰੈਂਟ ਸੈਲੀਬ੍ਰਿਟੀਜ਼ ਆ ਕੇ ਬੱਚਿਆਂ ਦੇ ਸਾਹਮਣੇ ਰੂਬਰੂ ਹੋਏ ਨੇ, ਉਹਨਾਂ ਨੂੰ ਬਰੀਕੀਆਂ ਦੱਸੀਆਂ ਗਈਆਂ ਮਾਡਲਿੰਗ ਦੀਆਂ, ਐਕਟਿੰਗ ਦੀਆਂ, ਐਂਕਰਿੰਗ ਦੀਆਂ। ਸੋ ਅੱਜ ਵੀ ਕਲਾਸ ਦੇ ਵਿੱਚ ਬਹੁਤ ਸਾਰੇ ਆਰਟਿਸਟ ਪਹੁੰਚੇ ਸੀਗੇ, ਜਿਵੇਂ ਕਿ ਰਵਿੰਦਰ ਪੱਟੀ ਜੀ, ਉਸ ਤੋਂ ਬਾਅਦ ਮੇਰੀ ਕਲਾਸ ਸੀਗੀ ਜਿਵੇਂ ਥੀਏਟਰ ਆਰਟਿਸਟ ਸਾਜਨ ਕਪੂਰ ਸੀ। ਸੋ ਸਾਰਿਆਂ ਨੇ ਰਲ ਕੇ ਬਹੁਤ ਸਾਰੇ ਬੱਚਿਆਂ ਨੂੰ ਗਾਈਡ ਵੀ ਕੀਤਾ, ਉਹਨਾਂ ਦੀ ਆਉਣ ਵਾਲੀ ਲਾਈਫ 'ਚੋਂ ਕ੍ਰੀਏਟਿਵਸ ਜਿਹੜੇ ਉਹਨਾਂ ਨੂੰ ਜ਼ਰੂਰਤ ਸੀਗੇ ਇਸ ਇੰਡਸਟਰੀ ਦੇ ਵਿੱਚ ਆਉਣ ਲਈ, ਉਹ ਦਿੱਤੇ ਗਏ। ਹੈਲੋ, ਮੇਰਾ ਨਾਮ ਸਾਹਿਲ ਸ਼ਰਮਾ ਹੈ। ਮੈਂ OXL ਮੇ 2 ਦਿਨ ਵਰਕਸ਼ਾਪ ਅਟੈਂਡ ਕੀਆ। ਮੇਰਾ ਐਕਸਪੀਰੀਅੰਸ ਬਹੁਤ ਅੱਛਾ ਰਿਹਾ ਔਰ ਯਹਾਂ ਪਰ ਬਹੁਤ ਐਕਸਪੀਰੀਅੰਸ ਲੋਕ ਆਏ ਹੈ ਜਿਨ੍ਹਾਂ ਆਪਣਾ ਫਿਊਚਰ ਵੀ ਆਪਣਾ ਸ਼ੇਅਰ ਕੀਆ ਹੈ, ਔਰ ਜਿਸਸੇ ਮੁਝੇ ਇਨ ਪ੍ਰੈਜੈਂਟ ਔਰ ਫਿਊਚਰ ਮੇ ਬਹੁਤ ਕੁਛ ਸਿੱਖਣੇ ਕੋ ਮਿਲੇਗਾ। ਥੈਂਕ ਯੂ। ਮੇਰਾ ਨਾਮ ਸੋਨੀਆ ਠਾਕੁਰ ਹੈ ਔਰ ਮੈਨੇ OXL ਮੇ ਆਜ ਵਰਕਸ਼ਾਪ ਲਗਾਈ ਹੈ, ਔਰ ਇਸਮੇ ਮੇਰੇ ਅੰਦਰ ਜੋ ਨੈਗੇਟਿਵ ਔਰ ਪਲੱਸ ਪੁਆਇੰਟ ਹੈ, ਇਸਕੇ ਬਾਰੇ ਮੈਂ ਆਜ ਮੇਰੇ ਕੋ ਪਤਾ ਚਲਾ ਹੈ, ਔਰ ਪਤਾ ਚਲਾ ਕਿ ਫਿਊਚਰ ਮੇ ਐਕਟਿੰਗ ਔਰ ਮਲਟੀਮੀਡੀਆ ਕੀ ਕਿਆ ਮਤਲਬ ਕਿ ਹਮਾਰੇ ਲਈ ਇੰਪੋਰਟੈਂਸ ਹੈ, ਔਰ ਮੈਂ ਇਸਮੇ ਅਬ ਐਡਮਿਸ਼ਨ ਲੂੰਗੀ ਔਰ ਆਪਣੇ ਅੰਦਰ ਜੋ ਟੈਲੈਂਟ ਹੈ ਉਸਕੋ ਸਬਕੇ ਸਾਹਮਣੇ ਬਾਹਰ ਕਰੂੰਗੀ। नमस्कार, मेरा नाम हिमांशु है और मैं 2 दिन से वर्कशॉप चली थी एक्टिंग की, और ऐसे ही सिलसिले में यहाँ पे आया था जिसमें मुझे डायरेक्शन की बहुत नॉलेज मिली और जिससे मैं इससे अपने करियर में कुछ सुधार ला सकता हूँ। हर किसी ने अपने करियर का एक एक्सपीरियंस बताया जो कि हमारे लिए बहुत फ़ायदेमंद था। मैं चाहूँगा कि मैं एक्टिंग वगैरह का कोर्स यहीं से करूँ, OXL स्कूल ऑफ मल्टीमीडिया। थैंक यू।